ਜੀ ਅਸਲਾਮੁਆਲਿਕਮ ਮੇਰੇ ਕਿਸਾਨ ਦੋਸਤੋ ਮੇਰੇ ਵੀਰੋ ਕੀ ਹਾਲ ਹੈ ਤੁਹਾਡੇ ਉਮੀਦ ਕਰਨਾ ਕਿ ਤੁਸੀਂ ਠੀਕ ਹੋ ਸੋ ਔਰ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਮੈਂ ਵੀ ਠੀਕ ਹਾਂ ਅੱਛਾ ਜੀ ਅੱਜ ਦੀ ਮੇਰੀ ਵੀਡੀਓ ਇਹ ਕਿ ਸਾਨੂੰ ਕਪਾਤੇ ਕਦੋਂ ਗਲੈਫੋਸੈਟ ਦਾ ਸਪਰੇਅ ਕਰਨਾ ਚਾਹੀਦਾ ਔਰ ਕਿਤਨੀ ਮਿਕਦਾਰ ਵਿੱਚ ਕਰਨਾ ਚਾਹੀਦਾ ਠੀਕ ਹੈ ਤੁਸੀਂ ਮੇਰੇ ਨਾਲ ਰਹੋ ਮੈਂ ਤੁਹਾਨੂੰ ਦੱਸਣਾ ਹੈ ਇਸ ਬਾਰੇ ਇਸ ਬਾਰੇ ਮਾਲੂਮਾਤਾਂ ਦੇਣਾ ਮੈਂ ਅੱਛਾ ਜੀ ਜਿਹੜੇ ਨਵੇਂ ਬ੍ਰਾ ਮੇਰੇ ਵੇਦੇ ਪੈਣ ਇਸ ਵੀਡੀਓ ਨੂੰ ਉਹ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਹੀ ਘੰਟੀ ਦਾ ਬਟਨ ਹੈ ਉਸ ਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਔਰ ਮੇਰੇ ਚੈਨਲ ਦਾ ਨਾਮ ਹੈ ਹਸਨੈਨ ਅਫੀਸ਼ਲ 007 ਇਹ ਜੀ ਤੁਸੀਂ ਵੇਖ ਰਹੇ ਪਏ ਨੇ ਇਹ ਮਾਰੇਜ ਦੀ ਕਾਸ਼ ਤੇ ਠੀਕ ਹੈ ਜੀ ਮਾਰੇਜ ਦੀ ਕਾਸ਼ ਤੇ ਔਰ ਇਹ ਰਾਏ ਵਾਲੀ ਜਗ੍ਹਾ ਤੇ ਹੈ ਤੇ ਇਸ ਤੇ ਮੈਂ 24 ਘੰਟੇ ਵਾਲਾ ਸਪਰੇ ਕੋਈ ਨਹੀਂ ਕੀਤਾ ਹਾਂ ਤੇ ਹੁਣ ਮੈਂ ਗਲੇਫੋਸਟ ਦਾ ਸਪਰੇਅ ਕਰਨਾ ਆ ਵੇਖ ਲਓ ਨਾ ਕਿਸ ਤਰ੍ਹਾਂ ਮਤਲਬ ਰਾਇ ਜਿਹੜਾ ਉਹ ਉਗੇ ਹੋਇਆ ਤਾਂ ਉਹਨਾਂ ਦਾ ਰੰਗ ਦਾ ਪਿਆ ਸੀ ਸਹੀ ਹੈ ਨਾ ਜੀ ਅੱਛਾ ਜੀ ਤੁਸੀਂ ਵੇਖਣਾ ਸਭ ਤੋਂ ਪਹਿਲੇ ਤੇ ਗੱਲ ਇਹ ਕਿ ਜੇ ਜੇ ਅਗਰ ਤੁਹਾਡੀ ਮਾਰਜ ਦੀ ਕਾਸ਼ ਤੇ ਤੇ ਮੋੜ ਤੇ ਤੁਸੀਂ ਸਪਰੇਅ ਗਲੇ ਆਪਣਾ 24 ਘੰਟੇ ਵਾਲਾ ਨਾ ਕਰੋ ਤਾਂ ਚਲੋ ਉਹਦੇ ਚ ਜਿਹੜੀ ਬੂਟੀਆਂ ਥੋੜਾ ਜਿਹਾ ਘਾ ਟੁਕਦੀਆਂ ਤੇ ਜੇ ਅਗਰ ਤੁਹਾਡੀ ਅਪ੍ਰੈਲ ਦੀ ਕਾਸ਼ ਤੇ ਨਾ ਤੇ ਅਪ੍ਰੈਲ ਦੀ ਕਾਸ਼ ਦੇ ਵਿੱਚ 24 ਘੰਟੇ ਵਾਲਾ ਸਪਰੇਅ ਕਰਨਾ ਲਾਜ਼ਮੀ ਹੈ ਕਿਉਂਕਿ ਉਹ ਜਿਵੇਂ ਇੱਕ ਪਾਦ ਪੌਦਾ ਉਗਦਾ ਨਾਲ ਜਿਹੜੀ ਬੂਟੀਆਂ ਵੀ ਜ਼ਿਆਦਾ ਉਗਣਾ ਸ਼ੁਰੂ ਹੋ ਜਾਂਦੀਆਂ ਹਨ ਅਗਰ ਮਾਰਜ ਦੀ ਕਾਸ਼ ਤੇ ਮੋੜ ਕੋਈ ਜ਼ਰੂਰਤ ਨਹੀਂ ਹੈ 24 ਘੰਟੇ ਵਾਲੇ ਸਪਰੇਅ ਕਰਨ ਦੀ ਠੀਕ ਹੈ ਜਿਸ ਵੇਦੇ ਪੈਨੇ ਜਿਸ ਤਰੀਕੇ ਹੁਣ ਮੇਰੀ ਇੱਕ ਪਾਖ ਖਲੋਤੀ ਆ ਤੁਨ ਨਜ਼ਰਮ ਦੀ ਪੀਸੀ ਹੈ ਜਿਸ ਤਰ੍ਹਾਂ ਦੇ ਪੌਦੇ ਹਨ ਤੁਹਾਡੇ ਸਾਹਮਣੇ ਅਗਰ ਇਤਨੇ ਤਕਰੀਬਨ ਇਤਨਾ ਕਾਦ ਹੋ ਜਾਵੇ ਪੌਦਿਆਂ ਦਾ ਇਹ 20 25 ਦਿਨ ਦੇ ਪੌਦੇ ਹੋਵਣ ਨਾ ਤੇ ਇਹ ਤਕਰੀਬਨ ਕਾਦ ਹੋ ਜਾਂਦਾ 25 ਤੋਂ 30 ਦਿਨ ਦੇ ਅੰਦਰ ਅੰਦਰ ਇਹ ਦੇ ਤੇ ਤੁਸੀਂ ਗਲੇਫੋਸਟ ਸਪਰੇਅ ਅਗਰ ਕਰ ਸਕਦੇ ਨੇ ਠੀਕ ਹੈ ਕੋਸ਼ਿਸ਼ ਪਹਿਲੀ ਗੱਲ ਤੇ ਵੀ ਕੋਸ਼ਿਸ਼ ਤੇ ਕਰਨੀ ਕਿ ਪਟੜਿਆਂ ਤੇ ਰੱਖ ਤੇ ਕੀਤਾ ਜਾਵੇ ਇਸ ਜਗ੍ਹਾ ਤੇ ਨਾ ਥੱਲੇ ਮਤਲਬ ਇਹ ਨੋਜ਼ਲ ਇਸ ਜਗ੍ਹਾ ਤੇ ਕਰਤੇ ਆਵੇ ਐਵੇਂ ਥੱਲੇ ਕੀਤਾ ਜਾਵੇ ਨੀਲੀਆਂ ਦੇ ਵਿੱਚ ਤੇ ਉਹ ਤੇ ਜ਼ਿਆਦਾ ਬਿਹਤਰ ਹੈ اگر ਤੁਸੀਂ ਗਲੈਫੋਸੇਟ ਵੈਰਾਈਟੀ ਤੁਹਾਡੀ ਹੈ ਕੋਈ ਵੀ ਵੈਰਾਈਟੀ ਹੈ ਕਿਉਂਕਿ ਆਜਿ-ਕੱਲ ਗਲੈਫੋਸੇਟ ਫ੍ਰੀ ਵੈਰਾਈਟੀਆਂ ਸਾਰੀਆਂ ਹਨ ਉਹਦੇ 'ਚ ਅਗਰ ਤੁਹਾਡੀ ਗਲੈਫੋਸੇਟ ਫ੍ਰੀ ਵੈਰਾਈਟੀ ਕੋਈ ਵੀ ਹੈ ਤੇ ਤੁਸੀਂ ਗਲੈਫੋਸੇਟ ਉਹਦੇ ਉੱਤੇ ਵੀ ਕਰ ਸਕਦੇ ਨੇ ਔਰ ਮਿਕਦਾਰ ਜਿਹੜੀ ਹੈ ਉਹ ਤੁਸੀਂ ਰੱਖਣੀ ਮੈਂ ਤੁਹਾਨੂੰ ਦੱਸਣਾ ਕਿ ਉਸ ਮਿਕਦਾਰ ਨਾਲ ਤੁਸੀਂ ਸਪਰੇਅ ਕਰਨਾ ਹੈ ਅੱਛਾ ਜੀ ਅਗਰ ਇਸ ਜਿਸ ਤਰ੍ਹਾਂ ਮੈਂ ਤੁਹਾਨੂੰ ਆਦੀ ਦਿਖਾਈਏ ਇਸ ਤਰ੍ਹਾਂ ਜੇ ਅਗਰ ਇਤਨਾ ਕਦ ਹੈ ਪੌਦਿਆਂ ਦਾ ਤੇ ਫਿਰ ਤੁਸੀਂ ਸਪਰੇਅ ਗਲਫੋਸੈਟ ਦਾ ਕਰ ਸਕਦੇ ਨੇ ਔਰ ਜਿਸ ਤਰ੍ਹਾਂ ਮੈਂ ਮਿਕਦਾਰ ਰੱਖਣਾ ਤਕਰੀਬਨ 200 ਤੋਂ ਲੱਗਤੇ 230 ਤੱਕ ਜਿਹੜਾ ਹੈ ਮੈਂ ਆਪਣਾ ਸਪਰੇਅ ਕਰਨੇ ਚਾਹੇ ਮਿਕਦਾਰ ਰੱਖਣੀ ਚਾਹੀਦੀ 200 ਤੋਂ ਲੱਗਦੇ 230 ਤੱਕ ਉਹ ਤੁਸੀਂ ਮਤਲਬ ਜਿਹੜੇ ਵਿੱਚ ਗੰਦ ਹੈ ਉਸ ਹਿਸਾਬ ਨਾਲ ਤੁਸੀਂ ਜਿਹੜੀ ਬੂਟੀਆਂ ਜਿੰਨੀਆਂ ਹਨ ਉਸ ਹਿਸਾਬ ਨਾਲ ਤੁਸੀਂ ਮਿਕਦਾਰ ਰੱਖਣੀ ਔਰ ਜ਼ਿਆਦਾ ਵੀ ਨਹੀਂ ਰੱਖਣੀ ਤਾਂ ਕਿਉਂਕਿ ਸਟ੍ਰੈਸ ਛੋਟਾ ਪੌਦਾ ਹੁੰਦਾ ਇਸ ਹਸਤੇ ਜਿਹੜਾ ਨਾ ਸਟ੍ਰੈਸ ਦਾ ਖਤਰਾ ਹੁੰਦਾ ਤੇ ਤੁਸੀਂ ਕੋਸ਼ਿਸ਼ ਕਰਨੀ ਕਿ ਪਹਿਲੀ ਦਫਾ ਮਿਕਦਾਰ ਥੋੜੀ ਜਿਹੀ ਘੱਟ ਰੱਖ ਲੋ ਅਗਰ ਜਿਸ ਤਰੀਕੇ ਮੇਂ ਰੂਹ ਥੋੜਾ ਜਿਹਾ ਕਦ ਜ਼ਿਆਦਾ ਕਰ ਜਾਂਦੀ ਤੇ ਫਿਰ ਦੂਸਰੀ ਦਫਾ ਹੀ ਕਰ ਲਵੀਂ ਤੇ ਡਰ ਹਰ ਚ ਕੋਈ ਨਹੀਂ ਮੈਂ ਦੋ ਦਫਾ ਕਰ ਦੋ ਉਹਨਾਂ ਐ ਮੈਂ ਤੁਹਾਨੂੰ ਵੀ ਕਹਿੰਦਾ ਪਿਆ ਵੇਖ ਲਓ ਨਾ ਇਸ ਤੇ ਮੈਂ ਹੁਣ ਕੱਲ ਇਨਸ਼ਾਅੱਲਾ ਕਰਨਾ ਹੈ ਹੁਣ ਪਤਾ ਨਹੀਂ ਇਹ ਵੀਡੀਓ ਕਦੋਂ ਤੱਕ ਤੁਹਾਡੇ ਤੱਕ ਪਹੁੰਚੇ ਲੇਕਿਨ ਜਦੋਂ ਵੀ ਪਹੁੰਚੇ ਲੇਕਿਨ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਕਿ ਸਪਰੇਅ ਜਦੋਂ ਗਲਫੋਸਾਈਡ ਦਾ ਤੁਸੀਂ ਕਰਨਾ ਉਹ ਇਸ ਤਰੀਕੇ ਕਰਨਾ ਅਗਰ ਤੇ ਪੌਦਾ ਛੋਟਾ ਹੁੰਦਾ ਤੁਸੀਂ ਕਰ ਦਿੰਦੇ ਨੇ ਤੇ ਉਹਦਾ ਸਟ੍ਰੈਸ ਆਉਣ ਦਾ ਜ਼ਿਆਦਾ ਖਤਰਾ ਹੁੰਦਾ ਤੇ ਮੁੜ 6 ਮਹੀਨੇ ਦੀ ਸਾਡੀ ਮਿਹਨਤ ਹੁੰਦੀ 6 ਮਹੀਨੇ ਦੀ ਸਾਡੀ ਰੋਜ਼ੀ ਹੁੰਦੀ ਬੰਦਾ ਹਿੱਕਿਆਰੀ ਵੀ ਸਪਰੇਅ ਦੀ ਗਲਤੀ ਦੀ ਵਜ੍ਹਾ ਤੋਂ ਅਗਰ ਬੰਦਾ ਖਤਾ ਖਾਬ ਹੋਵੇ ਤੇ ਉਹਦੇ ਚ ਕੋਈ ਫਾਇਦਾ ਨਹੀਂ ਹੁੰਦਾ ਇਸ ਵਾਸਤੇ ਮੇਰੇ ਦੋਸਤੋ ਤੁਸੀਂ ਨਾ ਗਲਤੀ ਇਸ ਚੀਜ਼ ਦੀ ਨਹੀਂ ਕਰਨੀ ਠੀਕ ਹੈ ਨਾ ਮੈਂ ਕਿ ਮੈਂ ਬਿnablaਨ ਦੱਸ ਦੇਵਾਂ ਤਾਂ ਕਿ ਗਲਾਈਫੋਸੇਟ ਦਾ ਸਪਰੇ ਜਿਹੜਾ ਕਰਨਾ ਹੈ ਵੈਰਾਈਟੀਆਂ ਤਾਂ ਗਲਾਈਫੋਸੇਟ ਫ੍ਰੀ ਚਲਦੀਆਂ ਪਈਆਂ ਨੇ ਪਿੰਕ ਫ੍ਰੀ ਵੈਰਾਈਟੀਆਂ ਨੇ ਠੀਕ ਹੈ ਤੇ ਇਸ ਵਾਸਤੇ ਮੈਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਤਾਂ ਕਿ ਅਗਰ ਜੇ ਵੀਡੀਓ ਮੇਰੀ ਜਲਦੀ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਇਸ ਗੱਲ ਤੇ ਜ਼ਰੂਰ ਅਮਲ ਕਰਿਆ ਤੇ ਇਨਸ਼ਾਅੱਲਾ ਤੁਹਾਡੀ ਕਪਾ ਜਿਹੜੀ ਮਹਫੂਜ਼ ਰਹਸੀ ਔਰ ਗਲਾਈਫੋਸੇਟ ਸਪਰੇ ਕਰਨ ਤੋਂ ਬਾਅਦ ਤੁਸੀਂ ਚੀਦਰਾਇ ਦਾ ਅਮਲ ਲਾਜ਼ਮੀ ਕਰਨਾ ਉਹਦੇ ਜਿਹੜਾ ਪੌਦੇ ਨੂੰ ਥੋੜਾ ਸਟ੍ਰੈਸ ਆਇਆ ਹੋਵੇ ਤੁਸੀਂ ਉਹ ਪੌਦਾ ਕੱਢ ਦੇਣਾ ਔਰ ਅਕਸਰ 2 2 3 3 ਚੋਪੇ ਜੰਮੇ ਹੁੰਦੇ ਨੇ ਉਹ ਤੁਸੀਂ ਹਿੱਕ-ਹਿਕ ਕਰਨਾ ਔਰ ਮੁਕੰਮਲ ਮੇਰੀ ਵੀਡੀਓ ਕਪਾ ਦੇ ਬਾਰੇ ਖਾਦ ਦਾ ਪਲਾਨ ਔਰ ਇਹਦਾ ਜਿਸ ਤਰੀਕੇ ਨਾਲ ਪਹਿਲੇ 40 ਦਿਨਾਂ ਦੇ ਅੰਦਰ ਕਰਨਾ ਹੈ ਔਰ ਸਪਰੇਅ ਦੀ ਪੂਰੀ ਵੀਡੀਓ ਜਿਹੜੀਆਂ ਹਨ ਉਹ ਮੇਰੀਆਂ ਥੱਲੇ ਪਈਆਂ ਨੇ ਉਹ ਤੁਸੀਂ ਜਾ ਕੇ ਉਹ ਵਿਜ਼ਿਟ ਕਰਕੇ ਤੁਸੀਂ ਵੇਖ ਸਕਦੇ ਨੇ ਇਹ ਹੈ ਮੇਰੀ ਅੱਜ ਦੀ ਵੀਡੀਓ ਹੈ ਇਹ ਮੇਰੇ ਪੈਗਾਮ ਆ ਤੇ ਮੈਂ ਸੋਚਿਆ ਕਿ ਮੈਂ ਖੁਦ ਵੀ ਇਸ ਤਰ੍ਹਾਂ ਕਰਨਾ ਹੈ ਤੇ ਮੈਂ ਆਦ ਬਿਰਾਵਾ ਤੱਕ ਕਿਉਂ ਨਾ ਪਹੁੰਚਾਵਾਂ ਤਾਂ ਕਿ ਅਗਰ ਕੋਈ ਮਤਲਬ ਹੈ ਕੋਈ ਮਸਲਾ ਨਾ ਮੇਰੇ ਦੋਸਤ ਜਾਂ ਮੇਰੇ ਵਿਰਾ ਨਾ ਕਰ ਬਵੇ ਤੋ ਉਸ ਤੋਂ ਪਹਿਲੇ ਮੈਂ ਆਦੇ ਬਿਰਾਵਾਂ ਨੂੰ ਦੱਸ ਦੇਵਾਂ ਤਾਂ ਕਿ ਇਸ ਚੀਜ਼ ਤੇ ਅਮਲ ਕਰੇ ਇਸ ਚੀਜ਼ ਤੇ ਅਮਲ ਕਰਦੇ ਹੋਏ ਆ ਅੱਲਾ ਦੇ ਹੁਕਮ ਨਾਲ ਤੁਹਾਡਾ ਜਿਹੜਾ ਹੈ ਨਾ ਫਸਲ ਉਹ ਨੂੰ ਕੁਝ ਵੀ ਨਹੀਂ ਹੁੰਦਾ ਬਾ ਹੁਕਮੇ ਖੁਦਾ ਇਨਸ਼ਾ ਅੱਲਾ ਤੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਠੀਕ ਹੈ ਨਾ ਤੇ ਇਨਸ਼ਾਅੱਲਾ ਮੈਂ ਆਪਾਂ ਮਿਲਸਾਂ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਸੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਕੋਈ ਅੱਛਾ ਜਿਹਾ ਕਮੈਂਟ ਕਰ ਦਿਓ ਤੇ ਇਨਸ਼ਾਅੱਲਾ ਮਿਲਨੇ ਹਾਂ ਆਪਣਾ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਤੁਸੀਂ ਆਪਣਾ ਢੇਰ ਸਾਰਾ ਖਿਆਲ ਰੱਖੋ ਅੱਲਾਹ ਫੇ